ਹਾਂਜੀ ਅੱਜ ਅਸੀਂ ਕੈਨੇਡਾ ਤੇ ਅਮਰੀਕਾ ਦੇ ਟਰੱਕ ਡਰਾਈਵਰ ਵੀਰਾਂ ਵਾਸਤੇ ਸਪੈਸ਼ਲ 골ਡਨ ਸ਼ਾਹੀ ਗੋਲੀ ਜਿਹੜੀ ਆ ਤਿਆਰ ਕਰਨ ਜਾ ਰਹੇ ਆ ਜਿਸ ਦੇ ਵਿੱਚ ਕਾਫੀ ਬਹਿਮੁੱਲੀਆਂ ਜੜੀਆਂ ਬੂਟੀਆਂ ਤੇ ਭਸਮਾ ਕੁਸਤੇ ਪਾ ਕੇ ਵੀਰਾਂ ਵਾਸਤੇ ਦਵਾਈ ਤਿਆਰ ਕਰਾਂਗੇ ਕਿਉਂਕਿ ਡਰਾਈਵਰੀ ਕਰਨ ਦੇ ਨਾਲ ਲਗਾਤਾਰ 20 ਘੰਟੇ 15-15 ਘੰਟੇ ਕਰਨ ਦੇ ਨਾਲ ਸਰੀਰ ਨੂੰ ਥਕਾਵਟ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਆ ਸਰੀਰ ਥੋੜਾ ਵੀਕ ਹੋ ਜਾਂਦਾ ਇਮਿਊਨਿਟੀ ਡਾਊਨ ਹੋ ਜਾਂਦੀ ਆ ਸਰੀਰ 부ਜਿਆ 부ਜਿਆ ਰਹਿੰਦਾ ਵਾ ਸੋ ਉਹਨਾਂ ਵਾਸਤੇ ਸੋਨਾ ਹੀਰਾ ਕੇਸਰ ਕਸਤੂਰੀ ਸੱਚੇ ਮੋਤੀ ਚਾਂਦੀ ਵਰਗੀਆਂ ਭਸਮਾਂ ਤਿਰੰਗ ਭਸਮਾਂ ਕਲੀ ਦਾ ਉਸਤਾ ਅਬਰਕ ਦਾ ਉਸਤਾ ਰਾਸ ਸੰਧੂਰ ਇਹ ਸਾਰੀਆਂ ਭਸਮਾ ਪਾ ਕੇ ਬਹੁਤ ਹੀ ਵਧੀਆ ਜਿਹੜਾ ਜੋਗ ਤਿਆਰ ਕਰ ਰਹੇ ਆ ਸੋ ਪੂਰੀ ਵੀਡੀਓ ਜਿਹੜੀ ਆ ਉਹ ਬਣਾ ਕੇ ਵੀਰਾਂ ਨੂੰ ਸੈਂਡ ਕਰਾਂਗੇ ਸੋ ਜਿਹੜੇ ਇੰਸਟਾਗ੍ਰam ਦੇ ਸਾਡੇ ਵੀਰ ਆ ਉਹ ਇਹ ਵੀਡੀਓ ਜਿਹੜੀ ਆ ਸ਼ੇਅਰ ਜਰੂਰ ਕਰਨ ਚੈਨਲ ਨੂੰ ਫੋਲੋਅ ਜ਼ਰੂਰ ਕਰਿਆ ਕਰੋ ਦੇਖੋ ਉੱਚ ਕੁਆਲਟੀ ਦਾ ਸਾਲਮ 50 ਸਾਲ ਮਿਸ਼ਰੀ ਵੀ ਪਾਤੀ ਵਿੱਚ ਇਹ ਦੋਵੇਂ ਚੀਜ਼ਾਂ ਈਰਾਨ ਦੀਆਂ ਬਣੀਆਂ ਹੁੰਦੀਆਂ ਆ ਪਸਮਾ ਦੀ ਰਗੜਾਈ ਚੰਗੀ ਤਰ੍ਹਾਂ ਕਰਨ ਤੋਂ ਬਾਅਦ ਫਿਰ ਇਹ ਵਿੱਚ ਮਿਕਸ ਕੀਤੀਆਂ ਜਾਂਦੀਆਂ ਵਾ ਜੜੀਆਂ ਬੂਟੀਆਂ ਦਾ ਵੱਖਰਾ ਪਾਊਡਰ ਬਣਾ ਕੇ ਬਾਕੀ ਪਸਮਾ ਅਤੇ ਕੇਸਰ ਜਿਹੜਾ ਵਾ ਰੂਮੀ ਮਸਤਗੀ ਵੀ ਵਿੱਚ ਪਾਤੀ ਆ ਦਿਮਾਗ ਵਾਸਤੇ ਬਹੁਤ ਹੀ ਜ਼ਬਰਦਸਤ ਚੀਜ਼ ਹੁੰਦੀ ਆ ਰੂਮੀ ਮਸਤਗੀ ਰਾਸ ਸੰਧੂਰ ਸੋ ਇਹ ਰਾਜਾ ਮਹਾਰਾਜਾਂ ਦੀ ਜਿਹੜੀ ਸ਼ਾਹੀ ਖਾਹਕ ਜਿਹੜਾ ਰਾਜੇ ਮਹਾਰਾਜੇ ਖਾਂਦਨ ਦੇ ਸੀ ਜਾਂ ਮੰਤਰੀ ਸੰਤਰੀ ਸ਼ਾਹੀ ਖਾਹਕ ਖਾਂਦਨ ਦੇ ਸੀ ਉਹ ਖਾਹਕ ਅਸੀਂ ਤਿਆਰ ਕਰਦੇ ਆ ਕਾਸਟਲੀ ਕਾਫੀ ਹੁੰਦੀ ਆ ਤਕਰੀਬਨ 3 ਮਹੀਨੇ ਦਾ ਕੋਰਸ ਹੁੰਦਾ ਏ 50000 ਰੁਪਿਆ ਖਰਚਾ ਇੱਥੇ ਆ ਜਾਂਦਾ ਵਾ ਕਉਂਗੇ ਸਮਾਨ ਕਾਫੀ ਮਹਿੰਗਾ ਹੋਣ ਦੇ ਕਾਰਨ ਇਸ ਦੀ ਕੀਮਤ ਥੋੜੀ ਜਿਆਦਾ ਹੁੰਦੀ ਆ। ਬਾਕੀ ਸਰੀਰ ਨਾਲੋਂ ਕੁਝ ਨਹੀਂ ਚੰਗਾ ਹੁੰਦਾ। ਜੇ ਸਰੀਰ ਆਪਣਾ ਠੀਕ ਆ ਤੇ ਜਿੰਨਾ ਮਰਜ਼ੀ ਕੰਮ ਕਰਕੇ ਪੈਸੇ ਕਮਾ ਲਓ। ਜੇ ਸਰੀਰ ਦੇ ਪੱਲੇ ਕੁਝ ਨਹੀਂ ਆ ਡਿੱਗੂ ਡਿੱਗੂ ਸਰੀਰ ਕਰਦਾ ਰਹਿੰਦਾ ਤੇ ਫਿਰ ਕੰਮ ਕਰਨ ਨੂੰ ਵੀ ਜਿਹੜਾ ਉਹ ਜੀ ਨਹੀਂ ਕਰਦਾ। ਅਕਸਰ ਹੀ ਠੰਡ ਦੇ ਵਿੱਚ ਵੀਰ ਜਿਹੜੇ ਆ ਇਹ ਨੁਸਖਾ ਬਣਾ ਕੇ ਖਾਂਦੇ ਰਹਿੰਦੇ ਆ ਪਿਛਲੇ ਸਾਲ ਵੀ ਕਾਫੀ ਵੀਰਾਂ ਨੂੰ ਬਣਾ ਕੇ ਭੇਜਿਆ ਸੀ ਤੇ ਇਸ ਵਾਰ ਵੀ ਅਸੀਂ ਜਿਹੜਾ ਮੌਸਮ ਸ਼ੁਰੂ ਹੋ ਗਿਆ ਖਾਨ ਦਾ ਸੋ ਵੀਰਾਂ ਨੂੰ ਬਣਾ ਕੇ ਭੇਜ ਰਹੇ ਆ ਇੰਡੀਆ ਦੇ ਵਿੱਚ ਵੀ ਜਿਵੇਂ ਠੰਡ ਦਾ ਮੌਸਮ ਸ਼ੁਰੂ ਹੋ ਚੁੱਕਾ ਵਾ ਇੰਡੀਆ ਦੇ ਵਿੱਚ ਵੀ ਜਿਹੜੇ ਵੀਰ ਖਾਨ ਦੇ ਚਾਹਵਾਨ ਹੈਗੇ ਆ ਉਹ ਤਿਆਰ ਕਰਵਾ ਸਕਦੇ ਆ ਸ਼ਿਲਾਜੀਤ ਦੇਖੋ ਖੁਦ ਅਸੀਂ ਆਪ ਦੇ ਹੱਥਾਂ ਨਾਲ ਸ਼ਿਲਾਜੀਤ ਜਿਹੜੀ ਤਿਆਰ ਕੀਤੀ ਆ ਸ਼ਿਲਾਜੀਤ ਵੀ ਪਾਤੀ ਵਿੱਚ ਕੋਈ ਕਸਰ ਰਹਿਣ ਨਹੀਂ ਦਿੱਤੀ ਸੋ ਠੀਕ ਆ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਬਾਕੀ ਮਸ਼ੀਨ ਗੋਲੀਆਂ ਵਾਲੀ ਮਸ਼ੀਨ ਵੀ ਸਾਡੀ ਆਪਣੀ ਆ ਆਪਰੇ ਹੱਥਾਂ ਦੇ ਨਾਲ ਅਸੀਂ ਗੋਲੀਆਂ ਜਿਹੜੀਆਂ ਤਿਆਰ ਕਰਦੇ ਆ ਉਸ ਦੇ ਉੱਪਰ ਸੋਨੇ ਦੇ ਵਰਕ ਲਾ ਕੇ ਗੋਲੀਆਂ ਤੇ ਰੈਡੀ ਹੋ ਚੁੱਕੀਆਂ ਗੋਲੀਆਂ ਸੋ ਵੀਰਾਂ ਨੂੰ ਕੁਝ ਦਿਨਾਂ ਤੱਕ ਗੋਲੀਆਂ ਸੁਕੰਤੇ ਪਾਰਸਲ ਕਰਾਂਗੇ ਅਤੇ 10 ਦਿਨ ਦੇ ਵਿੱਚ ਪਹੁੰਚ ਜਾਣਗੀਆਂ।